ਇਹ ਜਿਹੜਾ ਅਲਾਇੰਸ ਸਿਰਫ ਇਲੈਕਟੋਰਲ ਅਰਥਮੈਟਿਕ ਨਹੀਂ, ਜੋ ਸਿਆਸੀ ਹਾਲਤ ਹੈ, ਪੋਲੀਟੀਕਲ ਸਿਚੁਏਸ਼ਨ ਹੈ, ਉਹਦੇ 'ਚ ਜੋ ਬਾਹਰ ਮੁਖੀ ਫੈਕਟਰ ਪਏ ਨੇ ਉਹ ਇਹਦੇ ਵਾਸਤੇ ਜ਼ਿੰਮੇਵਾਰ ਨੇ। ਇੱਕ ਤਾਂ ਇਹ ਨੈਸ਼ਨਲ ਲੈਵਲ 'ਤੇ ਮੁੱਦਾ ਬੜਾ ਉਭਰਿਆ ਚੋਣਾਂ ਤੋਂ ਪਹਿਲਾਂ, ਚੋਣਾਂ ਦੇ ਇਹ ਕਹਿ ਲਓ ਕਿ ਲੋਕ ਸਭਾ ਚੋਣਾਂ ਦਾ ਇੱਕ ਏਜੰਡਾ ਜਿਹੜਾ ਮੁੱਦਾ ਬਣ ਗਿਆ, ਜਿਹੜੀਆਂ ਕਿ ਨੌਨ BJP ਖਾਸ ਕਰ ਰੀਜਨਲ ਪਾਰਟੀਆਂ ਇਸ ਨੂੰ ਮੁੱਦਾ ਬਣਾ ਰਹੀ। ਮਾਹੌਲ ਵੀ ਕਾਫੀ BJP ਦੇ ਹੱਕ 'ਚ ਹੈਗਾ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਗੱਲ ਦਾ ਧੁੜਕੂ ਹੈਗਾ, ਜਾਂ ਇਹ ਕਹਿ ਲਓ ਕਿ ਖਦਸ਼ਾ ਹੈਗਾ, ਅਤੇ ਕੋਈ ਵੀ ਕਸਰ ਨਹੀਂ ਛੱਡ ਰਹੇ ਕਿ ਇਹਨਾਂ ਦੀ ਕੋਈ ਗੁੰਜਾਇਸ਼। ਵੱਖ ਵੱਖ ਜਿਹੜੀਆਂ ਰੀਜਨਲ ਪਾਰਟੀਆਂ ਨੇ ਜਾਂ ਛੋਟੀਆਂ ਪਾਰਟੀਆਂ ਨੇ ਉਹਨਾਂ ਦੇ ਵੱਲ ਮੁੜ ਕੇ ਰੁੱਖ ਕੀਤਾ, ਉਹਨਾਂ ਵੱਲ ਜਿਹੜੀਆਂ ਕਿ ਉਹਨਾਂ ਤੋਂ ਪਾਸੇ ਹੋਈਆਂ ਸੀ। ਕਾਫੀ ਵਕਫੇ ਬਾਅਦ ਮੈਂ ਫਿਰ ਹਾਜ਼ਰ ਹਾਂ ਤਿਰਛੀ ਨਜ਼ਰ ਪ੍ਰੋਗਰਾਮ ਲੈ ਕੇ। ਆਪਣਾ ਬੰਦ ਕੀਤਾ, ਕੁਛ ਰੁਕਿਆ ਹੋਇਆ ਪ੍ਰੋਗਰਾਮ, ਤਿਰਛੀ ਨਜ਼ਰ ਲੈ ਕੇ ਫਿਰ ਹਾਜ਼ਰ ਹਾਂ। ਅਤੇ ਅੱਜ ਸਭ ਤੋਂ ਪਹਿਲੇ ਐਪੀਸੋਡ ਦਾ ਤਿਰਛੀ ਨਜ਼ਰ ਦਾ ਮੁੱਦਾ ਹੈ ਅਕਾਲੀ ਦਲ ਅਤੇ BJP ਦਾ ਗੱਠਜੋੜ ਲੋਕ ਸਭਾ ਚੋਣਾਂ 2024 ਲਈ, ਜਿਹਦੀ ਬਹੁਤ ਚਰਚਾ ਹੈ ਅਖਬਾਰਾਂ 'ਚ, ਮੀਡੀਆ 'ਚ, ਹਰ ਜਗ੍ਹਾ ਚਰਚਾ ਹੈ ਕਿ ਇਹ ਹੋ ਰਿਹਾ ਹੈ ਅਤੇ ਕਿਵੇਂ ਹੋ ਰਿਹਾ, ਕੀ ਹੋ ਰਿਹਾ, ਇਸ ਗੱਲ 'ਤੇ ਚਰਚਾ ਕਰਾਂਗੇ। ਦੇਖੋ, ਜੇ ਅੱਗ ਹੈ ਤਾਂ ਹੀ ਧੂੰਆਂ ਹੁੰਦਾ, ਅਤੇ ਜੋ ਸਾਡੀ ਜਾਣਕਾਰੀ ਹੈ, ਸੂਚਨਾ ਹੈ, ਉਹਦੇ ਮੁਤਾਬਕ ਇਹ ਜਿਹੜਾ ਗੱਠਜੋੜ ਲਈ ਗੱਲਬਾਤ ਅੰਦਰ ਖਾਤੇ ਚੱਲ ਰਹੀ ਹੈ, ਬਹੁਤ ਸਾਰਾ ਜਿਹੜਾ ਕੁਛ ਤੈਅ ਹੋ ਚੁੱਕਿਆ ਜਾਂ ਹੋਣ ਵਾਲਾ, ਅਤੇ ਇਸ ਦੀ ਅਲਾਇੰਸ ਦੀ ਸੰਭਾਵਨਾ ਪੂਰੀ ਹੈਗੀ ਹੈ, ਅਤੇ ਕਿਸੇ ਵੇਲੇ ਵੀ ਇਹਦੇ 'ਚ ਕੋਈ ਵੱਡੀ ਡਿਵੈਲਪਮੈਂਟ ਸਾਹਮਣੇ ਆ ਸਕਦੀ ਹੈ, ਇਹ ਸੰਕੇਤ ਤਾਂ ਮਿਲ ਹੀ ਰਹੇ ਨੇ। ਪਰ ਹੁਣ ਮਸਲਾ ਹੈ, ਸਵਾਲ ਇਹ ਹੈ ਕਿ ਕਿਉਂ ਅਤੇ ਕਿਵੇਂ ਹੋਏਗਾ, ਕਿਉਂ ਹੋ ਰਿਹਾ, ਕੀ ਕਾਰਨ ਨੇ ਇਹਦੇ, ਅਤੇ ਇਸ ਦਾ ਪਿਛੋਕੜ ਕੀ ਹੈ, ਅਤੇ ਇਸ ਵੇਲੇ ਕਿਹੜੇ ਫੈਕਟਰ ਨੇ, ਕਿਹੜੇ ਪੱਖ ਨੇ ਜਿਹਦੇ ਕਰਕੇ ਇਸ ਅਲਾਇੰਸ ਦੀ ਕੰਪਲਸ਼ਨ ਬਣ ਗਈ ਹੈ ਦੋਵਾਂ ਪਾਰਟੀਆਂ ਲਈ, ਇਸ ਗੱਲ ਦੀ ਚਰਚਾ ਕਰਾਂਗੇ। ਕੁਛ ਪਹਿਲੂ ਇਹੋ ਜਿਹੇ ਨੇ ਜਿਨ੍ਹਾਂ ਨੂੰ ਸਮਝਣਾ ਅਤੇ ਜਿਨ੍ਹਾਂ 'ਤੇ ਫਰੋਲਣਾ ਜ਼ਰੂਰੀ ਹੈ ਕਿ ਕਿਉਂ ਇਹ ਅਲਾਇੰਸ ਜਿਹੜਾ ਹੈ ਇਹ ਹੋਣ ਦੇ ਆਸਾਰ ਜ਼ਿਆਦਾ ਹੈਗੇ ਨੇ, ਵੱਧ ਹੈਗੇ ਨੇ। ਸੋ ਇੱਕ ਗੱਲ ਇਹ ਕਿ ਇਹ ਜਿਹੜਾ ਅਲਾਇੰਸ ਸਿਰਫ ਇਲੈਕਟੋਰਲ ਅਰਥਮੈਟਿਕ ਨਹੀਂ, ਇਸ ਤਰ੍ਹਾਂ ਦਾ ਜਿਹੜਾ ਗੱਲ ਸਾਹਮਣੇ ਆ ਰਹੀ ਹੈ ਕਿ ਸਿਰਫ ਇਲੈਕਟੋਰਲ ਅਰਥਮੈਟਿਕ ਨਹੀਂ ਹੈ ਇਹਦੇ ਪਿੱਛੇ ਇਸ ਵੇਲੇ ਦੀ ਮੁਲਕ ਦੀ ਅਤੇ ਸੂਬੇ ਦੀ ਜੋ ਸਿਆਸੀ ਹਾਲਤ ਹੈ, ਪੋਲੀਟੀਕਲ ਸਿਚੁਏਸ਼ਨ ਹੈ, ਉਹਦੇ 'ਚ ਜੋ ਬਾਹਰ ਮੁਖੀ ਫੈਕਟਰ ਪਏ ਨੇ ਉਹ ਇਹਦੇ ਵਾਸਤੇ ਜ਼ਿੰਮੇਵਾਰ ਨੇ, ਜਾਂ ਕਹਿ ਲਿਆ ਕਿ ਉਹਨਾਂ ਨੇ ਇਹੋ ਜਿਹਾ ਮਾਹੌਲ ਬਣਾ ਦਿੱਤਾ ਹੈ। ਨੈਸ਼ਨਲ ਲੈਵਲ 'ਤੇ ਕੀ ਪੋਜੀਸ਼ਨ ਹੈ ਕਿ BJP ਰੂਲਿੰਗ ਪਾਰਟੀ ਹੈ, ਪਰ ਇਸ ਵੇਲੇ ਮੁੱਦਾ
ਜਿਹੜਾ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ ਦੇ ਪੱਖੋਂ ਦੋ ਮੁੱਦੇ ਉੱਭਰ ਕੇ ਸਾਹਮਣੇ ਆ ਰਹੇ ਨੇ ਜਿਹੜੇ ਬੀਜੇਪੀ ਨੂੰ ਚੈਲੰਜ ਹੋ ਰਹੇ ਨੇ, ਚੈਲੰਜ ਹੋ ਰਿਹਾ, ਜਿਹਨਾਂ ਕਰਕੇ ਇੱਕ ਕਿ ਬੀਜੇਪੀ ਸੈਂਟਰਲਾਈਜੇਸ਼ਨ ਕਰ ਰਹੀ ਹੈ, ਕੇਂਦਰੀਕਰਨ ਕਰ ਰਹੀ ਹੈ, ਤੇ ਰੀਜਨਲ ਐਸਪੀਰੇਸ਼ਨ ਜਿਹੜੀਆਂ ਨੇ ਉਹ ਭਾਵੇਂ ਕੇਰਲਾ ਦੀ ਹੋਵੇ, ਸਾਊਥ ਦੀ ਹੋਵੇ, ਜਾਂ ਬੰਗਾਲ ਹੋਵੇ, ਜਾਂ ਪੰਜਾਬ ਹੋਵੇ, ਰੀਜਨਲ ਜਿਹੜੇ ਲੋਕਾਂ ਦੀਆਂ ਐਸਪੀਰੇਸ਼ਨਸ ਨੇ, ਜਿਹੜੀ ਉਹਨਾਂ ਦੀ ਇੱਛਾਵਾਂ ਨੇ, ਉਹਨਾਂ ਦੀਆਂ ਮੰਗਾਂ ਨੇ, ਉਹਨਾਂ ਦੇ ਮਸਲੇ ਨੇ, ਉਹਨਾਂ ਨੂੰ ਉਹ ਇਗਨੋਰ ਕਰ ਰਹੀ ਹੈ, ਉਹਨਾਂ ਨੂੰ ਪਾਸੇ ਰੱਖ ਕੇ ਤੇ ਉਹਨਾਂ ਨੂੰ ਵਿਕਟਿਮ ਮਤਲਬ ਉਹਨਾਂ ਨਾਲ ਵਿਤਕਰਾ ਕਰ ਰਹੀ ਹੈ, ਉਹਨਾਂ ਨਾਲ ਉਹਨਾਂ ਦੇ ਆਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਉਹਨਾਂ ਨਾਲ ਵਿਤਕਰਾ ਹੋ ਰਿਹਾ, ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਜਿਹੜੀ ਸੈਂਟਰਲ ਗਵਰਨਮੈਂਟ ਜਿਹਦੀ ਜਿਹੜੀ ਜਿਹੜੀ ਕਿ ਬੀਜੇਪੀ ਡੋਮੀਨੇਟਡ ਗਵਰਨਮੈਂਟ ਹੈ, ਹਾਲਾਂਕਿ ਐਨਡੀਏ ਦੀ ਹੈ ਉਹ। ਸੋ ਇੱਕ ਤਾਂ ਇਹ ਮੁੱਦਾ ਫੋਕਸ ਹੋਇਆ ਹੋਇਆ ਇਸ ਵੇਲੇ ਜਾਂ ਕੀਤਾ ਜਾ ਰਿਹਾ ਹੈ, ਜਿਹੜੇ ਵੀ ਨੌਨ ਬੀਜੇਪੀ ਸਰਕਾਰਾਂ ਨੇ, ਖਾਸ ਕਰਕੇ ਜਿਹੜੀਆਂ ਰੀਜਨਲ ਪਾਰਟੀ ਦੀਆਂ ਸਰਕਾਰਾਂ ਨੇ, ਜਿਵੇਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ, ਜਾਂ ਜਿਹੜੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਵੱਲੋਂ ਉਧਰੋਂ, ਤੇ ਇਹ ਸਾਰਿਆਂ ਨੇ ਰਲ ਕੇ ਦੇਖੋ ਦਿੱਲੀ ਦੇ ਵਿੱਚ ਇੱਕ ਇਕੱਠਾ ਜੋ ਵਿਖਾਵਾ ਪ੍ਰੋਟੈਸਟ ਕੀਤਾ, ਉਹਦਾ ਵੀ ਇਹੀ ਮੁੱਦਾ ਸੀ ਭਗਵੰਤ ਮਾਨ ਜੀ ਚ ਬੋਲੇ ਜਾ ਕੇ। ਤੇ ਇੱਕ ਤਾਂ ਇਹ ਨੈਸ਼ਨਲ ਲੈਵਲ ਤੇ ਮੁੱਦਾ ਬੜਾ ਉੱਭਰ ਰਿਹਾ ਹੈ, ਚੋਣਾਂ ਤੋਂ ਪਹਿਲਾਂ ਚੋਣਾਂ ਦੇ ਵਿੱਚ ਇਹ ਕਹਿ ਲਓ ਕਿ ਲੋਕ ਸਭਾ ਚੋਣਾਂ ਦਾ ਇੱਕ ਏਜੰਡਾ ਜਿਹੜਾ ਮੁੱਦਾ ਬਣ ਰਿਹਾ ਹੈ, ਜਿਹੜੀਆਂ ਕਿ ਨੌਨ ਬੀਜੇਪੀ ਖਾਸ ਕਰ ਰੀਜਨਲ ਪਾਰਟੀਆਂ ਇਸ ਨੂੰ ਮੁੱਦਾ ਬਣਾ ਰਹੀਆਂ ਨੇ। ਦੂਸਰਾ, ਬੀਜੇਪੀ ਤੇ ਇਹ ਐਲੀਗੇਸ਼ਨ ਲੱਗਦੇ ਨੇ, ਵੀ ਦੋਸ਼ ਲੱਗਦੇ ਨੇ ਕਿ ਘੱਟ ਗਿਣਤੀਆਂ ਨੂੰ ਸਪਰੈਸ ਕਰ ਰਹੀ ਹੈ, ਘੱਟ ਗਿਣਤੀਆਂ ਨੂੰ ਦਾ ਵਿਰੋਧ ਕਰੀ, ਜਾਂ ਘੱਟ ਗਿਣਤੀਆਂ ਨਾਲ ਵਿਤਕਰੇ ਹੋ ਰਹੇ ਆ, ਘੱਟ ਗਿਣਤੀਆਂ ਨਾਲ ਉਹਦੇ ਚ ਮੁਸਲਿਮ, ਸਿੱਖ, ਕ੍ਰਿਸਚੀਅਨ, ਸਿੰਘ। ਸੋ ਇਹ ਮੁੱਦਾ ਵੀ ਉਠਾਇਆ ਜਾ ਰਿਹਾ ਹੈ ਲੋਕ ਸਭਾ ਚੋਣਾਂ ਦੇ ਐਂਗਲ ਤੋਂ, ਸਾਰੀਆਂ ਪਾਰਟੀਆਂ ਵੱਲੋਂ, ਵੱਖ ਵੱਖ ਧਿਰਾਂ ਵੱਲੋਂ, ਤੇ ਇਹ ਮੁੱਦਾ ਵੀ ਬੀਜੇਪੀ ਲਈ ਕਾਫੀ ਜਿਹੜਾ ਹੈ ਇਸ ਨੈਸ਼ਨਲ, ਹਾਲਾਂਕਿ ਦੇਖੋ ਲੋਕ ਸਭਾ ਚੋਣਾਂ ਦੇ, ਲੋਕ ਸਭਾ ਦੇ ਵਿੱਚ ਪੀਐਮ ਮੋਦੀ ਨੇ ਇਹ ਬੜੇ ਜ਼ੋਰਦਾਰ ਹਿੱਕ ਥਾਪੜ ਕੇ ਕਿਹਾ ਕਿ ਇਸ ਵਾਰ 400 ਤੋਂ ਪਾਰ ਹੋਣਗੀਆਂ ਸੀਟਾਂ, 370 ਸੀਟਾਂ ਤੋਂ ਬਾਅਦ ਬੀਜੇਪੀ ਜਿੱਤੇਗੀ। ਬੇਸ਼ੱਕ ਇਹ ਦਾਅਵਾ ਕੀਤਾ ਹੈ, ਮਾਹੌਲ ਵੀ ਕਾਫੀ ਬੀਜੇਪੀ ਦੇ ਹੱਕ 'ਚ ਹੈਗਾ, ਪਰ ਕਿਤੇ ਨਾ ਕਿਤੇ ਉਹਨਾਂ ਨੂੰ ਇਹ ਗੱਲ ਦਾ ਧੁੜਕੂ ਹੈਗਾ, ਜਾਂ ਇਹ ਕਹਿ ਲਓ ਕਿ ਖਦਸ਼ਾ ਹੈਗਾ, ਤੇ ਉਹ ਕੋਈ ਵੀ ਕਸਰ ਨਹੀਂ ਛੱਡ ਰਹੇ ਕਿ ਇਹ ਨਾ ਵੀ ਕੋਈ ਗੁੰਜਾਇਸ਼ ਜਾਏ, ਕੋਲੋਂ ਰਿਸਕ ਨਹੀਂ ਲੈਣਾ ਚਾਹੁੰਦੇ, ਜਿਹਦੇ ਕਰਕੇ ਉਹ ਉਹਨਾਂ ਨੇ ਵੱਖ ਵੱਖ ਜਿਹੜੀਆਂ ਰੀਜਨਲ ਪਾਰਟੀਆਂ ਨੇ ਜਾਂ ਛੋਟੀਆਂ ਪਾਰਟੀਆਂ ਨੇ ਉਹਨਾਂ ਦੇ ਵੱਲ ਮੁੜ ਕੇ ਰੁਖ ਕੀਤਾ, ਉਹਨਾਂ ਵੱਲ ਜਿਹੜੀਆਂ ਕਿ ਉਹਨਾਂ ਤੋਂ ਪਾਸੇ ਹੋ ਗਈਆਂ ਸੀ, ਉਹਨਾਂ 'ਚ ਨਿਤੀਸ਼ ਬਿਹਾਰ ਦੇ ਉਹ ਵੀ ਸ਼ਾਮਿਲ ਨੇ, ਯੂਪੀ ਦੀਆਂ ਕੁਝ ਪਾਰਟੀਆਂ ਦੇਖੋ ਕਿਵੇਂ ਅਪਰੋਚ ਕੀਤੀ ਹੈ, ਸਾਊਥ ਦੀਆਂ ਪਾਰਟੀਆਂ ਉਹ ਵੀ ਅਪਰੋਚ ਕੀਤੀ ਜਾ ਰਹੀ ਹੈ, ਤੇ ਇੱਥੋਂ ਤੱਕ ਕਿ ਜਿਹੜੇ ਪੁਰਾਣੇ ਉਹ ਓਰਿਜਿਨਲ ਐਸਪੀਰੇਸ਼ਨਸ ਵਾਲੇ ਨੇਤਾ ਸੀ, ਲੀਡਰ ਸੀ, ਉਹਨਾਂ ਨੂੰ ਭਾਰਤ ਰਤਨ ਤੱਕ ਦਿੱਤੇ ਜਾ ਰਹੇ ਹੈ। ਸੋ ਕਿਤੇ ਨਾ ਕਿਤੇ ਖਦਸ਼ਾ ਹੈ ਕਿ ਇਹ ਜਿਹੜੀ ਓਰਿਜਿਨਲ ਫੀਲਿੰਗ ਪੈਦਾ ਹੋ ਰਹੀ ਹੈ, ਕਿਤੇ ਇਹ ਵੋਟ ਬੈਂਕ ਜਿਹੜਾ ਨੈਗੇਟਿਵ 'ਚ ਨਾ ਕਨਵਰਟ ਹੋ ਜਾਵੇ। ਦੇਖੋ ਪਾਕਿਸਤਾਨ ਦਾ ਤਜਰਬਾ ਸਾਡੇ ਸਾਹਮਣੇ ਹੈ, ਕਿੰਨਾ ਸਪਰੈਸ ਕੀਤਾ, ਉਹਨੂੰ ਜੇਲ੍ਹ ਵੀ ਕਰਤੀ, ਕੈਦ ਵੀ ਕਰਤੀ, ਸਾਰਾ ਕੁਝ ਕਰਤਾ, ਇਹਦੇ ਬਾਵਜੂਦ ਵੀ ਜਿਹੜਾ ਵੋਟ ਬੈਂਕ ਉਹਨੂੰ ਕੋਸ਼ਿਸ਼ ਕੀਤੀ ਡਿਮੋਲਿਸ਼ ਕਰਨ ਦੀ, ਉਹਨੂੰ ਕਰਪਟ ਸਾਬਤ ਕਰਨ ਦੀ, ਪਰ ਇਹਦੇ ਬਾਵਜੂਦ ਜਿਹੜਾ ਪਾਕਿਸਤਾਨ ਵਿੱਚ ਵੋਟਾਂ ਦਾ ਰੁੱਖ ਹੈ, ਟ੍ਰੈਂਡ ਹੈ,
ਉਹ ਸਾਹਮਣੇ ਇਹ ਆ ਰਿਹਾ ਜੋ ਕਿ ਬਹੁਗਿਣਤੀ ਜਿਹੜਾ ਮਤਲਬ ਵੱਡਾ ਵੱਡੀ ਪਾਰਟੀ ਦੇ ਤੌਰ ਤੇ ਇਮਰਾਨ ਖਾਨ ਦੀ ਪਾਰਟੀ ਉੱਪਰ ਕਿ ਆ ਰਹੀ ਹੈ। ਸੋ ਇਸ ਕਰਕੇ ਜਿਹੜਾ ਜਦੋਂ ਵੋਟਾਂ ਪੈਂਦੀਆਂ ਨੇ ਜਾਂ ਲੋਕਾਂ ਦਾ ਜਿਹੜਾ ਮੂਡ ਹੈ ਉਸ ਵੇਲੇ ਉਸ ਨੂੰ ਕਈ ਵਾਰ ਤੁਸੀਂ ਅਸੈਸ ਨਹੀਂ ਕਰ ਸਕਦੇ। ਸੋ ਲੱਗਦਾ ਹੈ ਕਿ ਬੀਜੇਪੀ ਇਸ ਕਰਕੇ ਜਿਹੜੀ ਨੈਸ਼ਨਲ ਸਿਚੁਏਸ਼ਨ ਹੈ ਉਹਨੂੰ ਦੋ ਗੱਲਾਂ, ਮਨਿਓਰਟੀ ਘੱਟ ਗਿਣਤੀਆਂ ਤੇ ਦੂਸਰਾ ਜਿਹੜਾ ਰੀਜਨਲ ਸੂਬਾਈ ਜਿਹੜੀਆਂ ਪ੍ਰੋਵਿੰਸ਼ੀਅਲ ਪਾਰਟੀਆਂ ਉਹਨਾਂ ਲੋਕਾਂ ਦੀ ਨਾਲ ਜਿਹੜਾ ਮੁੱਦਾ ਉੱਠ ਰਿਹਾ, ਉਹਨਾਂ ਨਾਲ ਵਿਤਕਰਾ ਹੋ ਰਿਹਾ, ਉਹਨਾਂ ਦੀ ਉਹਨਾਂ ਨੂੰ ਸੈਂਟਰਲਾਈਜ਼ ਕੀਤਾ ਜਾ ਰਿਹਾ ਸਾਰਾ ਕੁਝ, ਇਹਦੇ GST ਦੇ ਵੀ ਸ਼ਾਮਿਲ ਹੈ, ਦੂਸਰੇ ਵੀ ਸ਼ਾਮਿਲ ਹੈ। ਸੋ ਇਸ ਦੇ ਸੰਦਰਭ ਦੇ ਵਿੱਚ ਜਿਹੜੀ ਅਕਾਲੀ ਦਲ, ਕਿਉਂਕਿ ਅਕਾਲੀ ਦਲ ਵੀ ਇੱਕ ਰੀਜਨਲ ਪਾਰਟੀ ਹੈ ਤੇ ਰੀਜਨਲ ਐਸਪੀਰੇਸ਼ਨ, ਹਾਲਾਂਕਿ ਜਦੋਂ ਪਹਿਲਾਂ ਬੀਜੇਪੀ ਨਾਲ ਮਿਲੇ ਸੀ ਕੁਲੀਸ਼ਨ 'ਚ ਰਹੇ, ਕਾਫੀ ਹੱਦ ਤੱਕ ਇਹ ਆਪਣਾ ਉਹ ਜਿਹੜਾ ਰੀਜਨਲ ਪਾਰਟੀ ਵਾਲਾ, ਖੇਤਰੀ ਪਾਰਟੀ ਵਾਲਾ ਜਾਂ ਸਟੇਟ ਦੀ ਜਿਹੜੀ ਪਾਰਟੀ ਵਾਲਾ ਜਿਹੜਾ ਉਹ ਆਪਣਾ ਮੂੰਹ ਮਹਾਂਦਰਾ ਉਹ ਜਿਹੜਾ ਉਹਨਾਂ ਨੇ ਉਹ ਥੋੜਾ ਧੁੰਦਲਾ ਕਰ ਲਿਆ ਸੀ, ਜਿਹਦੇ ਕਰਕੇ ਉਹਨੂੰ ਨੁਕਸਾਨ ਵੀ ਬਹੁਤ ਸਹਿਣਾ ਪਿਆ। ਹੁਣ ਫਿਰ ਉਹ ਕੋਸ਼ਿਸ਼ ਕਰ ਰਹੇ ਨੇ ਕਿ ਆਪਣਾ ਉਹ ਬਾਰ ਬਾਰ ਇਹ ਕੋਸ਼ਿਸ਼ ਕਰੇ ਕਿ ਅਸੀਂ ਹੀ ਰੀਜਨਲ ਐਸਪੀਰੇਸ਼ਨ ਨੂੰ, ਅਸੀਂ ਪੰਜਾਬ ਦੇ ਲੋਕਾਂ ਦੀ ਐਸਪੀਰੇਸ਼ਨ ਨੂੰ, ਇੱਛਾਵਾਂ ਨੂੰ, ਮੰਗਾਂ ਨੂੰ, ਮਸਲਿਆਂ ਨੂੰ ਅਸੀਂ ਕਰ ਸਕਦੇ ਹਾਂ, ਕਿਉਂਕਿ ਅਸੀਂ ਸਿਰਫ ਲੋਕਾਂ ਇੱਥੋਂ ਦੇ ਲੋਕਾਂ ਦੀ ਪਾਰਟੀ, ਅਸੀਂ ਨੈਸ਼ ਕੌਮੀ ਪਾਰਟੀ ਨਹੀਂ ਹੈ। ਵਾਰ ਵਾਰ ਸੁਖਬੀਰ ਬਾਦਲ ਆਪਣੇ ਪੰਜਾਬ ਬਚਾਓ ਯਾਤਰਾ 'ਚ ਵੀ ਕਰ ਰਹੇ ਵੀ ਜਿਹੜੀਆਂ ਨੈਸ਼ਨਲ ਪਾਰਟੀਆਂ ਉਹਨਾਂ ਦਾ ਇੰਟਰਸਟ ਨਹੀਂ ਹੁੰਦਾ, ਉਹ ਇਹ ਕਰਦੀਆਂ ਵਾਹ ਕਰਦੀਆਂ ਤੇ ਦਿੱਲੀ ਦਵਾ ਕੇ ਇਹ ਕਰਦੇ ਨੇ, ਪਰ ਅਸੀਂ ਦਿੱਲੀ ਵਾਲੇ ਨਹੀਂ, ਅਸੀਂ ਲੋਕਲ ਆ। ਸੋ ਕੋਸ਼ਿਸ਼ ਉਹਨਾਂ ਦੀ ਇਹ ਮੁੜ ਕੇ ਆਪਣਾ ਉਹ ਚਿਹਰਾ ਮੋਹਰਾ ਬਣਾਉਣ ਦੀ, ਜਾਂ ਉਹ ਦਾਵਾ ਜੋ ਪਹਿਲਾਂ ਸੀਗਾ ਉਸੇ ਗੱਲ ਨੂੰ ਮੁੜ ਕੇ ਰਿਵਾਈਵ ਕਰਨ ਦੀ ਕੋਸ਼ਿਸ਼ ਰੀਜਨਲ ਪਾਰਟੀ। ਸੋ ਪੰਜਾਬ ਦੇ ਵਿੱਚ ਜਾਂ ਨੌਰਥ ਦੇ ਵਿੱਚ ਇੱਕ ਤਾਂ ਘੱਟ ਗਿਣਤੀ ਦੇ ਪੱਖੋਂ ਵੀ ਅਕਾਲੀ ਦਲ ਭਾਵੇਂ ਛੋਟਾ ਰਹਿ ਗਿਆ, ਵੱਡਾ ਰਹਿ ਗਿਆ, ਕਿੰਨਾ ਛੋਟਾ ਵੱਡਾ ਹੁੰਦਾ ਰਿਹਾ, ਪਰ ਇਹ ਆਪਣੇ ਆਪ 'ਚ ਇੱਕ ਸਿੱਖ ਘੱਟ ਗਿਣਤੀ ਦੇ ਨੁਮਾਇੰਦੇ ਦੇ ਤੌਰ ਤੇ ਹੀ ਪਾਰਟੀ ਇਹ ਆਪਣੇ ਆਪ ਨੂੰ ਦਾਅਵਾ ਕਰਦੀ ਰਹੀ ਹੈ ਤੇ ਨੁਮਾਇੰਦਗੀ ਕਰਦੀ ਵੀ ਰਹੀ ਹੈ। ਇਹੋ ਜਿਹੀ ਵੀ ਭਾਵਨਾਵਾਂ ਜਿਹੜੀਆਂ ਸਿੱਖ ਵਸੋਂ ਉਹਨਾਂ ਨੂੰ ਨੁਮਾਇੰਦਗੀ ਕਰਦੀ ਵੀ ਰਹੀ ਹੈ ਤੇ ਹਮੇਸ਼ਾ ਹੀ ਉਸਦਾ ਦਾਅਵਾ ਕਰਦੀ ਹੈ। ਸੋ ਇਸ ਕੰਟੈਕਸਟ ਦੇ ਵਿੱਚ ਬੀਜੇਪੀ ਵਾਸਤੇ ਜਿਹੜੀਆਂ ਚੀਜ਼ਾਂ ਜਦੋਂ ਫਰੋਲ ਰਹੇ ਨੇ ਉਹ ਸਾਰੀਆਂ ਰੀਜਨਲ ਪਾਰਟੀਆਂ ਤੇ ਜਿਹੜੀਆਂ ਮਨਿਓਰਟੀ ਘੱਟ ਗਿਣਤੀ ਦੀਆਂ ਤਾਂ ਉਹਨਾਂ ਦੇ ਵਿੱਚ ਅਕਾਲੀ ਦਲ ਜਿਹੜਾ ਉਹ ਫਿੱਟ ਬਹਿੰਦਾ ਹੈ ਉਸ ਸਟ੍ਰੈਟਜੀ ਦੇ ਵਿੱਚ। ਤੇ ਦੂਸਰਾ ਇਹ ਹੈ ਕਿ ਰੀਜਨ ਦੇ ਜਿਹੜਾ ਇੱਥੋਂ ਦਾ, ਜੇ ਪੰਜਾਬ ਦੀ ਸਿਚੁਏਸ਼ਨ ਖਾਸ ਲਾ ਲਈਏ ਤੇ ਇੱਥੋਂ ਦੀ ਇਸ ਪੱਖੋਂ ਵੀ ਇੰਪੋਰਟੈਂਟ ਹੈ, ਅਹਿਮ ਹੈ ਕਿ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਬਹੁਤ ਵੱਡਾ ਚੈਲੰਜ ਬਣੀ ਹੋਈ ਹੈ ਬੀਜੇਪੀ ਲਈ ਪੰਜਾਬ ਦੇ ਵਿੱਚ। ਪੰਜਾਬ ਦੇ ਵਿੱਚ ਦਿੱਲੀ ਤੋਂ ਬਾਅਦ ਪੰਜਾਬ, ਪਹਿਲਾਂ ਦਿੱਲੀ 'ਚ ਉਹਨਾਂ ਨੇ ਸਰਕਾਰ ਬਣਾਈ ਤੇ ਮੁੜ ਕੇ ਦੇਖੋ ਉਹ ਵਾਰ ਵਾਰ ਜਿੱਤ ਰਹੇ ਹੈ, ਆਪਣੇ ਪੈਰ ਜਮਾ ਲਏ ਤੇ ਕੌਮੀ ਪੱਧਰ ਤੇ ਜਾਂ ਰੀਜਨਲ ਪੱਧਰ ਤੇ ਵੀ ਉਹ ਬੀਜੇਪੀ ਲਈ ਜਿਹੜਾ ਆਮ ਆਦਮੀ ਪਾਰਟੀ ਤੇ ਅਰਵਿੰਦ ਕੇਜਰੀਵਾਲ ਚੈਲੰਜ ਬਣੇ ਹੋਏ ਨੇ। ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ, ਭਗਵੰਤ ਮਾਨ ਸਰਕਾਰ ਦੇਖੋ 92 ਸੀਟਾਂ ਜਿੱਤੀਆਂ ਤੇ ਹੁਣ ਵੀ ਉਹ ਇੱਕ ਇਸ ਤਰ੍ਹਾਂ ਦਾ ਚੈਲੰਜ ਬਣੇ ਹੋਏ ਨੇ। ਜਲੰਧਰ 'ਚ ਲੋਕ ਸਭਾ ਚੋਣ ਹੋਈ ਤਾਂ ਜਿਹੜੀ ਉਹ ਜਿੱਤੀ ਉਹਨਾਂ ਨੇ। ਸੋ ਆਮ ਆਦਮੀ ਪਾਰਟੀ ਵੀ ਇੱਕ ਵੱਡਾ, ਜੇ ਲੋਕਲ ਫੈਕਟਰ ਲਈਏ ਤਾਂ ਬਹੁਤ ਵੱਡਾ ਚੈਲੰਜ ਹੈ। ਤੇ ਪੰਜਾਬ ਦੇ ਵਿੱਚ ਜੇ ਬੀਜੇਪੀ ਇਕੱਲਿਆਂ, ਉਹਨੂੰ ਸਾਫ ਲਗਭਗ ਸਾਫ ਹੋ ਚੁੱਕਿਆ ਵੀ ਅਸੀਂ ਇਕੱਲਿਆਂ ਇਹਨਾਂ ਨੂੰ ਨਹੀਂ ਪੋਲੀਟੀਕਲੀ ਮੁਕਾਬਲਾ ਕਰ ਸਕਦੇ, ਜਿਹੜੇ ਨਾ ਵੋਟ ਪੋਲਿਟਿਕਸ ਪੱਖੋਂ
ਜਾਂ ਵੋਟਾਂ ਦੀ ਗਿਣਤੀ ਮਿਣਤੀ ਪੱਖੋਂ ਤੇ ਨਾ ਸਿਆਸੀ ਤੌਰ ਤੇ ਵੀ ਅਸੀਂ ਪੰਜਾਬ 'ਚ ਇਹਨਾਂ ਨੂੰ ਕਾਟ ਨਹੀਂ ਕਰ ਸਕਦੇ, ਖਾਸ ਕਰ ਲੋਕ ਸਭਾ ਚੋਣਾਂ ਦੇ ਐਂਗਲ ਜਿਹੜੀਆਂ ਕਿ ਫੌਰੀ ਤੌਰ ਤੇ ਨੇ 2000 ਵਿਧਾਨ ਸਭਾ ਦਾ 2027 'ਚ ਨੇ। ਸੋ ਉਹਨਾਂ ਦਾ ਇਹ ਜਿਹੜਾ ਏਜੰਡਾ ਜਾਂ ਮੁੱਦਾ ਕਿ ਆਮ ਆਦਮੀ ਪਾਰਟੀ ਨੂੰ ਜੇ ਤੁਸੀਂ ਕਾਟ ਕਰਨਾ ਹੈ, ਮੁਕਾਬਲਾ ਕਰਨਾ ਹੈ, ਤਾਂ ਉਹਦੇ ਵਾਸਤੇ ਤੁਹਾਨੂੰ ਪੰਜਾਬ 'ਚ ਫਿਰ ਗਿਣਤੀ ਮਿਣਤੀ ਕਰਨੀ ਪਏਗੀ ਕਿ ਕੀ ਤੁਸੀਂ ਕਰਨੀ। ਬੀਜੇਪੀ ਨੇ ਕੋਸ਼ਿਸ਼ਾਂ ਕੀਤੀਆਂ, ਹੋਰਾਂ ਪਾਰਟੀਆਂ 'ਚੋਂ ਕਾਂਗਰਸ ਪਾਰਟੀ 'ਚੋਂ ਦੂਜਿਆਂ 'ਚੋਂ ਉਹ ਕਾਫੀ ਤੋੜ ਭੰਨ ਵੀ ਕੀਤੀ। ਪਹਿਲਾਂ ਅਕਾਲੀ ਦਲ ਦੇ ਧੜੇ ਵੀ ਬਣੇ ਜਿਹੜੇ ਅਲੱਗ ਹੋਏ, ਸੁਖਦੇਵ ਸਿੰਘ ਢੀਂਡਸਾ ਵੱਖ ਹੋਏ, ਹੋਰ ਵਜੀਰ ਕੌਰ ਵੀ ਵੱਖ ਹੋਈ, ਪਰ ਸਭ ਨੇ ਕੋਸ਼ਿਸ਼ਾਂ ਜਿਹੜੀਆਂ ਕਰਕੇ ਦੇਖ ਲਈਆਂ, ਪਰ ਉਹ ਉਹਨਾਂ ਦਾ ਕੋਈ ਨਤੀਜਾ ਉਸ ਤਰ੍ਹਾਂ ਨਹੀਂ ਨਿਕਲਿਆ ਤੇ ਆਖਿਰਕਾਰ ਉਹ ਫਿਰ ਉਹ ਗੱਲਾਂ ਚੱਲ ਪਈਆਂ ਨੇ ਕਿ ਉਹ ਵੀ ਵਾਪਸ ਆ ਰਹੇ ਨੇ ਅਕਾਲੀ ਦਲ 'ਚ। ਸੋ ਕਿ ਬੀਜੇਪੀ ਵਾਸਤੇ ਜੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਜੇ ਮੁਕਾਬਲਾ ਕਰਨਾ ਹੈ ਜਾਂ ਉਸ ਨੂੰ ਸਿਆਸੀ ਤੌਰ 'ਤੇ ਢਾਹ ਲਾਉਣੀ ਹੈ, ਤਾਂ ਇਹ ਲਗਭਗ ਇਹ ਮਹਿਸੂਸ ਹੋਣ ਲੱਗ ਕਿ ਇਕੱਲੀ ਨਹੀਂ ਲਾ ਸਕਦੀ। ਹਾਲਾਂਕਿ ਉਹਨਾਂ ਨੇ ਦਾਅਵੇ ਬੜੇ ਨੇ ਕਿ ਅਸੀਂ ਬੂਥ ਲੈਵਲ ਤੱਕ ਆਪਣੀ ਨੈਟਵਰਕ ਆ ਰਹੇ ਹਾਂ, 27 ਜਿੱਤਾਂਗੇ ਅਸੀਂ, ਠੀਕ ਹੈ, ਪਰ ਉਹਨਾਂ ਦੀ ਉਸ ਤਰ੍ਹਾਂ ਦੀ ਜਿਹੜੀ ਗੱਲ ਨਹੀਂ। ਅਤੇ ਅਕਾਲੀ ਦਲ ਦੇ ਵੀ ਜੇ ਜੋ ਪਹਿਲਾਂ ਪੋਜੀਸ਼ਨ 'ਚ ਅਕਾਲੀ ਦਲ ਦੇ ਪੂਰੇ ਪੈਰ ਨਹੀਂ ਲੱਗੇ, ਉਸ ਤਰ੍ਹਾਂ ਕੋਸ਼ਿਸ਼ਾਂ ਬੜੀਆਂ ਹੋ ਰਹੀਆਂ ਨੇ। ਮੈਂ ਕਹਿੰਦਾ ਮੇਨ ਅਪੋਜੀਸ਼ਨ ਪਾਰਟੀ ਦੇ ਤੌਰ 'ਤੇ ਆਪਣੇ ਆਪ ਨੂੰ ਪ੍ਰੋਜੈਕਟ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਹਾਲਾਂਕਿ ਕਾਂਗਰਸ ਪਾਰਟੀ ਹੈ, ਪਰ ਫਿਰ ਵੀ ਉਹ ਅਕਲਿਆ ਜਲੰਧਰ ਦਾ ਨਤੀਜਾ ਸਾਡੇ ਸਾਹਮਣੇ ਹੈ। ਸੋ ਜੋ ਸਰਵੇ ਆ ਰਹੇ ਨੇ, ਓਪੀਨੀਅਨ ਆ ਰਹੇ ਨੇ, ਓਪੀਨੀਅਨ ਪੋਲ ਵੀ ਆ ਰਹੇ ਨੇ, ਉਹ ਵੀ ਅਸੀਂ ਇੰਡੀਕੇਟ ਕਰ ਰਹੇ ਨੇ ਕਿ ਜੇ ਅੱਧੇ ਅੱਠ ਲੈਣਗੇ ਤਾਂ ਬੀਜੇਪੀ ਅਤੇ ਅਕਾਲੀ ਦੋਨੇ, ਹਾਂ, ਤੀਜੇ ਚੌਥੇ ਨੰਬਰ ਦੀ ਜਿਹੜੀ ਹੈ ਲੜਾਈ ਹੋਏਗੀ ਇਹਨਾਂ ਦੀ, ਅਤੇ ਅਦਰਵਾਈਜ਼ ਇਹ ਜਿਹੜਾ ਉਹ ਇਕੱਠੇ ਅਲੱਗ ਅਲੱਗ ਜੇ ਰਹਿਣਗੇ ਤਾਂ ਇਹਨਾਂ ਦੇ ਪੱਲੇ ਕੁਛ ਨਹੀਂ ਪੈਣਾ। ਇਸ ਤਰ੍ਹਾਂ ਦੀ ਜਿਹੜੀ ਮਾਹੌਲ ਜਾਂ ਉਹਦੇ ਵਿੱਚੋਂ ਇਸ ਤਰ੍ਹਾਂ ਦੇ ਨਤੀਜੇ ਜਿਹੜੇ ਹੈ ਉਹ ਨਿਕਲ ਰਹੇ ਨੇ। ਇਹ ਸੋ ਇਸ ਇਸ ਕਰਕੇ ਬੀਜੇਪੀ ਵਾਸਤੇ ਵੀ ਅਕਾਲੀ ਦਲ ਵਾਸਤੇ ਵੀ ਦੋਨਾਂ ਵਾਸਤੇ ਇਹ ਇਸ ਤਰ੍ਹਾਂ ਦਾ ਇਹ ਬਣ ਰਹੀ ਹੈ ਕਿ ਉਹ ਉਹਨਾਂ ਨੂੰ ਕੰਪਲਸ਼ਨ ਜਿਹੜੀ ਇਹ ਕਹਿ ਰਹੇ ਕਿ ਉਹਨਾਂ ਦੀਆਂ ਦੋਵਾਂ ਦੀਆਂ ਮਜਬੂਰੀਆਂ, ਸਿਆਸੀ ਮਜਬੂਰੀਆਂ ਅਤੇ ਹਾਲਾਤ ਨੇ ਉਹ ਇਸ ਇੱਥੇ ਲਿਆ ਖੜਾ ਕੀਤਾ ਇਹਨਾਂ ਨੂੰ ਕਿ ਉਹਨਾਂ ਨੂੰ ਇਹ ਸੋਚਣਾ ਪੈ ਰਿਹਾ ਇਕੱਠੇ ਹੋਣ ਵਾਸਤੇ। ਇੰਡੀਆ ਟੂਡੇ ਦਾ ਸਰਵੇ ਆਇਆ ਜੋ ਉਹ ਵੀ ਇਹ ਇੰਡੀਕੇਟ ਕਰਦਾ ਕਿ ਜੇ ਅਲੱਗ ਅਲੱਗ ਜਿਹੜੀਆਂ ਦੋਨਾਂ ਪਾਰਟੀਆਂ ਦੀ ਜਿਹੜੀ ਹੈ ਜਿਹੜੀ ਪਰਸੈਂਟੇਜ ਆਫ ਵੋਟਰ ਉਹਨਾਂ ਨੇ ਅੰਦਾਜ਼ਾ ਲਗਾਇਆ, ਜਿਹੜੀ ਦੇਖੋ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਦੋਨਾਂ ਦੀ ਜਿਹੜੀ ਹੈ 15-20% ਵੋਟ ਉਹਨਾਂ ਦੀ ਵੋਟ ਬੈਂਕ ਰਹਿੰਦਾ ਹੀ ਹੈ, ਉਹ ਅੱਗੇ ਅੱਗੇ ਪਿੱਛੇ ਉਹਨਾਂ ਦਾ ਲਗਭਗ ਉਹ ਇੱਕ ਤਰ੍ਹਾਂ ਦਾ ਕਾਇਮ ਰਹਿੰਦਾ ਹੈ। ਅਕਾਲੀ ਦਲ ਦਾ ਜ਼ਿਆਦਾ ਖੁਰ ਗਿਆ ਸੀ ਇਸ ਵਾਰ, ਅਤੇ ਜੇ ਉਹ ਦੋਨਾਂ ਦੇ ਮਿਲਾ ਕੇ ਕਰੀਏ ਉਹਨਾਂ ਦੇ ਮੁਤਾਬਕ ਵੀ ਤਾਂ ਫਿਰ ਵਾਇਬਲ ਉਹ ਮੁਕਾਬਲਾ ਕਰ ਸਕਦੇ ਨੇ ਕਾਂਗਰਸ ਪਾਰਟੀ ਅਤੇ ਆਮ ਆਦਮੀ ਪਾਰਟੀ ਦਾ, ਅਦਰਵਾਈਜ਼ ਉਹ ਮੁਕਾਬਲਾ ਨਹੀਂ ਕਰ ਸਕਦੇ। ਸੋ ਇਸ ਕਰਕੇ ਦੋਨਾਂ ਵਾਸਤੇ ਇਹ ਜਿਹੜੀ ਮਜਬੂਰੀ ਕਹਿ ਲਓ ਤੁਸੀਂ, ਕੰਪਲਸ਼ਨ ਕਹਿ ਲਓ। ਸੋ ਇਹ ਇੱਕ ਬੀਜੇਪੀ ਦੀ ਇੱਕ ਫੈਕਟਰ ਇਹ ਵੀ ਹੈ ਕਿ ਨੈਸ਼ਨਲ ਲੈਵਲ 'ਤੇ ਬੀਜੇਪੀ ਨੇ ਕੋਸ਼ਿਸ਼ ਕੀਤੀ ਘੱਟ ਗਿਣਤੀ ਪੱਖੋਂ ਸਿੱਖ ਜਿਹੜੀ ਵਸੋਂ ਜਾਂ ਸਿੱਖ ਸੈਂਟੀਮੈਂਟਸ ਨੂੰ ਨਾਲ ਲਾਉਣ ਦੀ। ਬਹੁਤ ਸਾਰੇ ਜਿਹੜੀਆਂ ਜਦੋਂ ਜਿਹੜੇ ਅਕਾਲੀ ਧੜੇ ਟੁੱਟ ਕੇ ਗਏ ਬਾਦਲ ਦਲ ਨਾਲੋਂ ਇਸ ਨਾਲੋਂ, ਉਹਨਾਂ ਨੂੰ ਜਿਹੜੇ ਲੀਡਰ ਟੁੱਟ ਕੇ ਗਏ ਉਹਨਾਂ ਨੂੰ ਵੀ ਥਾਪੀਆਂ ਦਿੱਤੀਆਂ। ਫਿਰ ਵਿਅਕਤੀਗਤ ਤੌਰ 'ਤੇ ਵੀ ਜਿਹੜੇ ਪ੍ਰਮੁੱਖ ਸਿੱਖ ਹਸਤੀਆਂ ਸੀ ਉਹਨਾਂ ਨਾਲ ਵਾਰ ਵਾਰ ਮੁਲਾਕਾਤਾਂ,
ਬਹੁਤ ਸਾਰੇ ਕਦਮ ਵੀ ਚੁੱਕੇ ਨੇ ਬੀਜੇਪੀ ਨੇ ਸਿੱਖ ਭਾਵਨਾਵਾਂ ਨੂੰ ਵਿਨਓਵਰ ਕਰਨ ਲਈ। 84 ਦੇ ਜਿਹੜੇ ਕਤਲੇਆਮ ਸੀ ਉਹਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਵਾਸਤੇ ਵੀ ਕੁਛ ਕਦਮ ਚੁੱਕੇ ਨੇ, ਕੁਛ ਪਹਿਲਕਦਮੀਆਂ ਕੀਤੀਆਂ। ਅਤੇ ਪ੍ਰਧਾਨ ਮੰਤਰੀ ਮੋਦੀ ਨੇ ਵਾਰ ਵਾਰ ਜਿਹੜੇ ਹੈ ਉਹ ਪ੍ਰਮੁੱਖ ਸਿੱਖ ਵੱਖ ਵੱਖ ਸਿੱਖ ਹਲਕਿਆਂ ਜਿਹੜੀਆਂ ਦੀ ਜਿਹੜੀਆਂ ਹਸਤੀਆਂ ਨੇ ਉਹਨਾਂ ਨਾਲ ਮੁਲਾਕਾਤਾਂ ਵੀ ਕੀਤੀਆਂ ਅਤੇ ਕੋਸ਼ਿਸ਼ਾਂ ਕੀਤੀਆਂ ਕਿ ਉਹਨਾਂ ਨੇ ਉਸ ਨੂੰ ਅਤੇ ਡੈਸਪੋਰਾ 'ਚ ਉੱਧਰ ਬਾਹਰ ਵੀ ਕੋਸ਼ਿਸ਼ਾਂ ਕੀਤੀਆਂ, ਇੰਡੀਆ ਤੋਂ ਬਾਹਰ ਬਾਹਰਲੇ ਮੁਲਕਾਂ ਜਾਂ ਡੈਸਪੋਰਾ ਜਿੱਥੇ ਕਿ ਸਿੱਖ ਵਸੋਂ ਜਾਂ ਸਿੱਖ ਜਿਹੜੇ ਬਹੁਤ ਇੱਕ ਤਕੜੀ ਜਿਹੜੀ ਹਸਤੀ ਤੌਰ 'ਤੇ ਉਹਨਾਂ ਦੀ ਉੱਭਰ ਕੇ ਆਏ ਨੇ। ਅਤੇ ਉੱਥੇ ਵੀ ਉਹ ਜੋ ਨਤੀਜੇ ਬੀਜੇਪੀ ਚਾਹੁੰਦੀ ਸੀ ਜਾਂ ਇਹ ਕਹਿ ਲਓ ਕਿ ਕੇਂਦਰ ਸਰਕਾਰ ਉਹ ਨਹੀਂ ਨਿਕਲੇ ਲੱਗਦੇ, ਸਗੋਂ ਕਈ ਥਾਵਾਂ 'ਤੇ ਬੂਮਰੈਂਗ ਕੀਤਾ ਜਾਂ ਉਲਟਾ ਹੀ ਪਿਆ ਹੈ। ਬਾਹਰਲਾ ਖਾਸ ਕਰਕੇ ਤਜਰਬਾ ਕੈਨੇਡਾ ਅਤੇ ਹੋਰਾਂ ਮੁਲਕਾਂ ਦਾ ਬੜਾ ਥੋੜ੍ਹਾ ਤਜਰਬਾ ਕੌੜਾ ਹੀ ਹੋ ਰਿਹਾ ਕਹਿ ਲਓ ਉੱਥੇ। ਅਤੇ ਸੋ ਇਸ ਕਰਕੇ ਵੀ ਹੁਣ ਉਹ ਜਿਹੜਾ ਇੰਡੀਵਿਜੁਅਲ ਕੋਸ਼ਿਸ਼ਾਂ ਸੀ ਬੀਜੇਪੀ ਦਾ ਲੱਗਦਾ ਉਹਨੇ ਮੈਨੂੰ ਸਾਨੂੰ ਲੱਗਦਾ ਕਿ ਬੀਜੇਪੀ ਨੂੰ ਫੇਰ ਉਹ ਮੁੜ ਕੇ ਉਹ ਇੰਸਟੀਟਿਊਸ਼ਨਲਾਈਜ਼ਡ। ਦੇਖੋ ਅਯੋਧਿਆ ਦੇ ਵਿੱਚ ਜਦੋਂ ਰਾਮ ਮੰਦਿਰ ਦਾ ਆਇਆ ਸੱਦੇ ਭੇਜਣੇ ਸੀ ਤਾਂ ਸਿੱਖ ਨੇਤਾਵਾਂ ਵਿੱਚੋਂ ਸੁਖਬੀਰ ਬਾਦਲ ਨੂੰ ਸੱਦਾ ਭੇਜਿਆ ਗਿਆ, ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਭੇਜਿਆ ਗਿਆ ਅਤੇ ਜਥੇਦਾਰ ਅਕਾਲ ਤਖ਼ਤ ਨੂੰ ਭੇਜਿਆ ਗਿਆ। ਤਾਂ ਉਹਨਾਂ ਨੂੰ ਸੱਦੇ ਭੇਜੇ ਗਏ, ਹੋਰ ਬਹੁਤੇ ਕੋਈ ਸਿੱਖ ਨੇਤਾ ਜਿਹੜੇ ਉਸ ਤਰ੍ਹਾਂ ਨਹੀਂ ਇਨਵਾਈਟ ਕੀਤੇ ਗਏ। ਅਤੇ ਪੋਲੀਟੀਕਲ ਸਿਆਸੀ ਦੂਸਰੇ ਤਾਂ ਜਿਹੜੇ ਧਾਰਮਿਕ ਤਾਂ ਕੀਤੇ ਗਏ ਅਤੇ ਇਹਨਾਂ ਨੇ ਵੀ ਜਿਹੜਾ ਹੁੰਗਾਰਾ ਭਰਿਆ ਉਹ ਵੀ ਬੜਾ ਪੋਜ਼ਿਟਿਵ ਸੀ, ਹਾਲਾਂਕਿ ਗਏ ਨਹੀਂ ਉੱਥੇ। ਸੋ ਉਹ ਵੀ ਆਪਣੇ ਆਪ 'ਚ ਇੱਕ ਇੰਡੀਕੇਸ਼ਨ ਸੀ। ਅਤੇ ਹੁਣ ਤਾਜ਼ਾ ਜਿਹੜੀ ਜਿਹੜੀ ਉਦਾਹਰਣ ਹੈਗੀ ਕਿ ਹਰਿਆਣਾ ਗੁਰਦੁਆਰਾ ਜਿਹੜੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਦੋਂ ਐਲਾਨ ਹੋਇਆ ਸੀ ਜਿਹੜਾ ਉਹ ਜਿਹੜੇ ਪੋਸਟਪੋਨ ਹੋਈਆਂ ਚੋਣਾਂ ਐਂ ਕਹਿ ਲਓ ਕਿ ਰੱਦ ਹੋਈਆਂ ਉਹ ਵੀ ਉਹਦੇ ਪਿੱਛੇ ਵੀ ਬੈਕਗ੍ਰਾਉਂਡ ਦੇ ਪਰਦੇ ਪਿੱਛੇ ਅਕਾਲੀ ਬੀਜੇਪੀ ਅਲਾਇੰਸ ਦੀ ਸੰਭਾਵਨਾ ਜਾਂ ਉਹਨਾਂ ਦੀ ਗੱਲਬਾਤ ਜੋ ਚੱਲ ਰਹੀ ਹੈ ਉਹੀ ਵੱਡਾ ਕਾਰਨ ਹੈ। ਉਹਦੇ ਕਰਕੇ ਹੀ ਇਹ ਜਿਹੜਾ ਜਿਹੜੇ ਚੋਣਾਂ ਪੋਸਟਪੋਨ ਹੋਈਆਂ। ਇਹ ਵੀ ਪਤਾ ਲੱਗਿਆ ਕਿ ਪੰਜਾਬ ਬੀਜੇਪੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਸ ਸੰਬੰਧੀ ਕੇਂਦਰ ਸਰਕਾਰ ਨੂੰ ਗ੍ਰਹਿ ਮੰਤਰਾਲੇ ਨੂੰ ਇਹ ਗੱਲ ਕਨਵੇ ਵੀ ਕੀਤੀ ਕਿਸੇ ਫੋਰਮ 'ਚ ਕਿ ਇਹ ਤੁਸੀਂ ਪੰਗਾ ਲੈਣ ਲੱਗੇ ਹੋ, ਇਹ ਗਲਤ ਇਸ ਟਾਈਮ 'ਤੇ ਕਰ ਰਹੇ ਹੋ। ਅਤੇ ਅਕਾਲੀ ਦਲ ਨੇ ਅਤੇ ਸ਼੍ਰੋਮਣੀ ਕਮੇਟੀ ਨੇ ਬਹੁਤ ਪ੍ਰੋਟੈਸਟ ਕੀਤਾ ਸੀ ਇਸ ਤੇ ਚੋਣਾਂ ਦੇ ਐਲਾਨ 'ਤੇ, ਚੋਣਾਂ ਕਰਾਉਣ 'ਤੇ। ਉਹ ਪਹਿਲਾਂ ਹੀ ਇਹਨਾਂ ਦਾ ਸਟੈਂਡ ਹੈ ਕਿ ਇਹ ਜਿਹੜੀ ਵੱਖਰੀ ਬਣਾਈ ਗਲਤ ਬਣਾਈ। ਸੋ ਲੱਗਦਾ ਇਹ ਹੈ ਕਿ ਪਰਦੇ ਪਿੱਛੇ ਜੋ ਕੁਛ ਹੋ ਰਿਹਾ ਉਸੇ ਨੇ, ਦੇਖੋ ਇੱਕ ਦਿਨ ਪਹਿਲਾਂ ਉਹਨਾਂ ਨੇ ਐਲਾਨ ਕੀਤਾ, ਦੂਜੇ ਦਿਨ ਜਿਹੜਾ ਜਸਟਿਸ ਭੱਲਾ ਕਹਿ ਰਹੇ ਨੇ ਕਿ ਸਕੂਲਾਂ ਦੇ ਇਗਜ਼ਾਮ ਕਰਕੇ ਅਸੀਂ ਪੋਸਟਪੋਨ ਕਰਕੇ ਪੋਸਟਪੋਨ ਕਰਤੀਆਂ ਚੋਣਾਂ ਇਹ। ਸੋ ਇਹ ਤਾਂ ਸਾਰਾ ਕਵਰ ਅਪ ਕਰਨ ਦੀ ਕੋਸ਼ਿਸ਼ ਸੀ। ਅਸਲ 'ਚ ਇਹ ਦਿੱਲੀ ਤੋਂ ਹੀ ਫੈਸਲਾ ਹੋਇਆ ਕਿ ਇਹਨੂੰ ਚੋਣਾਂ ਇਸ ਵੇਲੇ ਨਾ ਪੰਗਾ ਲਓ, ਇਸ ਵੇਲੇ ਜਿਹੜੇ ਅਕਾਲੀ ਦਲ ਨਾਲ ਅਲਾਇੰਸ ਦੀ ਗੱਲ ਚੱਲ ਰਹੀ ਹੈ ਉਸ 'ਤੇ ਇਹਦਾ ਇੰਪੈਕਟ ਪਏਗਾ, ਨੈਗੇਟਿਵ ਇੰਪੈਕਟ ਪਏਗਾ। ਸੋ ਹੁਣ ਇੱਕ ਪੰਜਾਬ ਦੀ ਜਿਹੜੀ ਬੀਜੇਪੀ ਦੀ ਲੀਡਰਸ਼ਿਪ, ਜਿਵੇਂ ਮੈਂ ਸੁਨੀਲ ਜਾਖੜ ਦੀ ਗੱਲ ਕਰਕੇ ਹਟਿਆ, ਸੁਨੀਲ ਜਾਖੜ ਕਾਂਗਰਸ ਪਾਰਟੀ 'ਚੋਂ ਆਏ ਨੇ, ਲਿਬਰਲ ਚਿਹਰਾ ਨੇ, ਲਿਬਰਲ ਸਿਆਸਤਦਾਨ ਨੇ, ਟਿਪੀਕਲ ਉਸ ਤਰ੍ਹਾਂ ਦੀ ਕੋਈ ਉਹਨਾਂ ਦੀ ਵਿਚਾਰਧਾਰਾ ਪਹਿਲਾਂ ਨਹੀਂ ਸੀਗੀ। ਸੋ ਉਹ ਵੀ ਗਰਾਊਂਡ ਸਿਚੁਏਸ਼ਨ ਸਮਝਦੇ ਨੇ ਆਪਣੀ ਅਤੇ ਆਪਣੀ ਪਾਰਟੀ ਦੀ ਸਮਝਦੇ ਨੇ, ਉਹਨਾਂ ਨੂੰ ਪਤਾ ਹੈ। ਅਤੇ ਲੱਗਦਾ ਹੈ ਕਿ ਉਹਨਾਂ ਦਾ ਜਿਹੜਾ
ਉਹਨਾਂ ਦੀ ਜਿਹੜਾ ਰੋਲ ਹੈ ਜਾਂ ਉਹਨਾਂ ਦੀ ਰਾਏ ਹੈ ਉਹ ਵੀ ਇਸ ਗੱਲ 'ਚ ਮੈਟਰ ਕਾਫੀ ਕਰਦੀ ਹੋਏਗੀ ਕਰੇਗੀ ਕਿ ਉਹਨਾਂ ਨੂੰ ਵੀ ਪਤਾ ਹੈ ਕਿ ਅਸੀਂ ਜੇ ਅਕਾਲੀ ਦਲ ਨਾਲ ਇਕੱਠੇ ਨਹੀਂ ਹੁੰਦੇ ਤਾਂ ਸਾਡਾ ਜਿਹੜਾ ਵਜੂਦ ਹੈ ਉਹ ਉਸ ਤਰ੍ਹਾਂ ਦੀ ਉਹਦੀ 'ਚ ਪੋਜੀਸ਼ਨ ਨਹੀਂ ਬਣਦੀ ਔਰ ਜਿਹੜੀ ਇਲੈਕਟੋਰਲ ਅਰਥਮੈਟਿਕ ਹੈ ਵੋਟਾਂ ਦੀ ਗਿਣਤੀ ਬਿਣਤੀ ਹੈ ਉਹਦੇ 'ਚ ਤਾਂ ਅਸੀਂ ਕਿਤੇ ਵੀ ਨਹੀਂ ਖੜਾਂਗੇ ਅਤੇ ਅਸੀਂ ਆਮ ਆਦਮੀ ਪਾਰਟੀ ਨੂੰ ਚੈਲੰਜ ਨਹੀਂ ਕਰ ਸਕਾਂਗੇ ਕਿ ਖਾਸ ਕਰਕੇ ਭਗਵੰਤ ਮਾਨ ਜੀ ਕਿਉਂਕਿ ਜਦੋਂ ਮੁੱਖ ਮੰਤਰੀ ਦੇ ਤੌਰ 'ਤੇ ਉਹਨਾਂ ਦਾ ਬੈਗੇਜ ਕੋਈ ਨਹੀਂ ਹੈ ਉਹਨਾਂ ਦੇ ਉਸ ਤਰ੍ਹਾਂ ਦਾ ਕੋਈ ਸਪੋਰਟ ਉਹ ਨਹੀਂ ਹੈ ਜਿਹੜਾ ਪਿਛਲਾ ਉਹਨਾਂ ਦਾ ਸਾਫ਼ ਸੁਥਰਾ ਕਿਰਦਾਰ ਸਾਫ਼ ਸੁਥਰਾ ਉਹਨਾਂ ਦਾ ਉਹ ਹੈ ਕਿ ਕਿਉਂਕਿ ਉਹ ਪਹਿਲੀ ਵਾਰੀ ਸਰਕਾਰ 'ਚ ਆਏ ਨੇ ਅਤੇ ਐਜ਼ ਐਮ ਪੀ ਔਰ ਐਜ਼ ਆਰਟਿਸਟ ਵੀ ਉਹਨਾਂ ਦੇ ਉਸ ਤਰ੍ਹਾਂ ਦਾ ਕੋਈ ਬੈਗੇਜ ਨਹੀਂ ਹੈਗਾ ਸੋ ਉਹਨਾਂ ਨੂੰ ਮੁਕਾਬਲਾ ਕਰਨਾ ਉਹਨਾਂ ਨੂੰ ਇਹ ਇਕੱਲਿਆਂ ਨਹੀਂ ਕਰ ਸਕਦੇ ਅਤੇ ਜਿਹੜੀ ਇੱਕ ਸਟੇਟਮੈਂਟ ਸੁਨੀਲ ਜਾਖੜ ਨੇ ਦਿੱਤੀ ਹੈ ਉਹ ਵੀ ਬਹੁਤ ਮੀਨਿੰਗਫੁੱਲ ਹੈ ਆਪਣੇ ਆਪ 'ਚ ਸੰਕੇਤ ਕਰ ਗਿਆ ਸੁਨੀਲ ਜਾਖੜ ਨੇ ਕਿਹਾ ਕਿ ਐਸ ਏ ਡੀ ਇਜ਼ ਏ ਰਿਪ੍ਰਜੈਂਟੇਟਿਵ ਪੋਲੀਟੀਕਲ ਐਂਡ ਰਿਲੀਜੀਅਸ ਆਊਟਫਿਟ ਆਫ ਏ ਮਨੋਰਟੀ ਕਮਿਊਨਿਟੀ ਵਿਚ ਇਜ਼ ਇਨ ਮਜੋਰਟੀ ਇਨ ਪੰਜਾਬ ਦਾ ਸਟੇਚਰ ਆਫ ਦਾ ਪਾਰਟੀ ਮਸਟ ਬੀ ਕੈਪਟ ਇਨ ਮਾਇੰਡ ਬਿਫੋਰ ਟੇਕਿੰਗ ਐਨੀ ਡਿਸੀਜ਼ਨ ਔਨ ਅਲਾਇੰਸ ਸੋ ਸੁਨੀਲ ਜਾਖੜ ਕਹਿ ਰਹੇ ਨੇ ਕਿ ਜਿਹੜੀ ਇਹ ਅਕਾਲੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਸਿਆਸੀ ਅਤੇ ਧਾਰਮਿਕ ਨੁਮਾਇੰਦਾ ਹੈਗੀ ਸਿੱਖ ਘੱਟ ਗਿਣਤੀ ਦਾ ਦੀ ਸਿੱਖ ਘੱਟ ਗਿਣਤੀ ਦੀ ਨੁਮਾਇੰਦਾ ਸਮਾਜਿਕ ਸਿਆਸੀ ਅਤੇ ਧਾਰਮਿਕ ਨੁਮਾਇੰਦਾ ਪਾਰਟੀ ਹੈ ਇਸ ਪਾਰਟੀ ਦਾ ਜਿਹੜਾ ਸਟੇਚਰ ਹੈ ਉਹ ਕੋਈ ਵੀ ਅਲਾਇੰਸ ਕਰਨ ਤੋਂ ਜਾਂ ਅਲਾਇੰਸ ਬਾਰੇ ਫੈਸਲਾ ਲੈਣ ਤੋਂ ਪਹਿਲਾਂ ਇਹ ਬਹੁਤ ਦੇਖ ਲੈਣਾ ਚਾਹੀਦਾ ਹੈ ਕਿ ਇਹਦਾ ਇਹ ਸਟੇਚਰ ਸੋ ਉਹਨਾਂ ਦੀ ਇਹ ਕਾਫੀ ਹੱਦ ਤੱਕ ਇੰਡੀਕੇਸ਼ਨ ਇਸ ਗੱਲ ਤੋਂ ਮਿਲ ਰਹੀ ਹੈ ਅਤੇ ਜੇ ਸੋ ਉਹਨਾਂ ਦਾ ਸੁਨੀਲ ਜਾਖੜ ਦਾ ਪਾਰਟੀ ਦਾ ਪ੍ਰਧਾਨ ਹੋਣਾ ਇਹ ਵੀ ਹੋ ਸਕਦਾ ਹੈ ਇਹ ਵੀ ਹੈਗਾ ਕਿ ਬੀਜੇਪੀ ਦੇ ਵਿੱਚ ਜਾਂ ਉਹਦੇ ਪਿੱਛੇ ਆਰ ਐਸ ਐਸ ਦੇ ਵਿੱਚ ਵੀ ਦੋ ਧਰਾਵਾਂ ਲਗਾਤਾਰ ਚੱਲ ਰਹੀਆਂ ਨੇ ਚੱਲਦੀਆਂ ਰਹੀਆਂ ਇੱਕ ਇਹੋ ਜਿਹੇ ਵੀ ਸੈਕਸ਼ਨ ਹੈਗੇ ਜਿਹੜੇ ਇਸ ਦਾ ਅਲਾਇੰਸ ਦਾ ਵਿਰੋਧ ਕਰਦੇ ਨੇ ਬੜਾ ਜ਼ੋਰਦਾਰ ਉਹ ਕਹਿੰਦੇ ਆ ਵੀ ਕਿ ਅਸੀਂ ਤੇ ਦੂਜੀ ਗੱਲ ਜਿਹੜੀ ਉਹ ਜਿਹੜੀ ਆ ਵੀ ਅਸੀਂ ਛੋਟੇ ਭਰਾ ਵੱਡੇ ਭਰਾ ਵਾਲੀ ਹੈ ਉਹ ਵੀ ਬਹੁਤ ਉਹ ਕਹਿੰਦੇ ਵੀ ਅਸੀਂ ਯੂਨੀਅਨ ਪਾਰਟਨਰ ਨਹੀਂ ਬਣਨਾ ਸੀਟਾਂ ਦੀ ਗਿਣਤੀ ਮਿਣਤੀ ਕਿੰਨੀ ਹੋਏਗੀ ਕੀ ਹੋਏਗੀ ਇਹਦੇ ਤੇ ਬਾਅਦ ਦੀ ਗੱਲ ਹੈ ਮਤਲਬ ਬਾਅਦ ਦੀ ਗੱਲ ਨਹੀਂ ਖੈਰ ਉਹ ਉਹਦੇ ਤੇ ਵੀ ਉਹਨਾਂ ਦੀ ਲੈ ਦੇ ਹੋ ਰਹੀ ਹੈ ਗੱਲਬਾਤ ਹੋ ਰਹੀ ਹੈ ਲੱਗਦਾ ਤੇ ਹੋ ਜਾਏਗੀ ਪਰ ਸੀਟਾਂ ਦੀ ਗਿਣਤੀ ਮਿਣਤੀ ਨਾਲੋਂ ਵੱਡਾ ਜਿਹੜੇ ਵੱਡੇ ਸਵਾਲ ਹੋਰ ਖੜੇ ਨੇ ਦੋਨਾਂ ਪਾਰਟੀਆਂ ਵਾਸਤੇ ਉਹਨਾਂ ਪਾਰਟੀਆਂ ਦੇ ਸਿਆਸੀ ਐਗਜ਼ਿਸਟੈਂਸ ਦੇ ਸਿਆਸੀ ਵਜੂਦ ਦੇ ਨੈਸ਼ਨਲ ਸੀਨ ਹੈ ਸਟੇਟ ਦਾ ਸੀਨ ਹੈ ਉਹ ਵੱਡੇ ਮੁੱਦੇ ਨੇ ਮੈਨੂੰ ਲੱਗਦਾ ਤੇ ਹੁਣ ਦੇਖਦੇ ਹਾਂ ਕਿ ਇਹ ਦੋਵੇਂ ਪਾਰਟੀਆਂ ਕਿਹੜੇ ਮਿਨੀਮਮ ਪ੍ਰੋਗਰਾਮ ਤੇ ਇਹ ਇਕੱਠੀਆਂ ਹੁੰਦੀਆਂ ਨੇ ਜਾਂ ਉਹ ਨੈਰੇਟਿਵ ਕੀ ਬਿਲਡ ਕਰਦੀਆਂ ਨੇ ਇਹ ਅਜੇ ਸਵਾਲ ਸਾਡੇ ਸਾਹਮਣੇ ਖੜੇ ਨੇ ਤੇ ਲੀਡਰਸ਼ਿਪ ਦਾ ਜਿੱਥੇ ਤੱਕ ਅੱਗੇ ਪਹਿਲਾਂ ਇਹ ਸੀ ਕਿ ਕਿੰਤੂ ਪਰੰਤੂ ਸੁਖਬੀਰ ਬਾਦਲ ਦੀ ਲੀਡਰਸ਼ਿਪ 'ਤੇ ਸੀਗੇ ਜਾਂ ਉਹ ਹੈਗੇ ਵੀ ਅਜੇ ਵੀ ਖੜੇ ਹੈ ਅਜੇ ਵੀ ਬੀਜੇਪੀ ਦੇ ਵਿੱਚ ਸੈਕਸ਼ਨ ਹੋਣਗੇ ਉਹ ਕਹਿਣਗੇ ਇਹਨਾਂ ਨੂੰ ਜਿਹੜੀ ਪਹਿਲਾਂ ਸ਼ਰਤ ਸੀ ਉਹ ਪਾਸੇ ਹੋਣ ਪਰ ਮੈਨੂੰ ਲੱਗਦਾ ਕਿ ਹੁਣ ਉਹ ਸ਼ਰਤ ਜਿਹੜੀ ਹੈ ਉਹ ਵੀ ਰਿਲੈਕਸ ਹੁੰਦੀ ਲੱਗਦੀ ਹੈ ਸ਼ਰਤ ਕਿਉਂਕਿ ਜਦੋਂ ਦੀ ਇਹ ਜਿਹੜੀ ਅਕਾਲ ਤਖ਼ਤ ਤੋਂ ਜਿਹੜੀ ਮਾਫ਼ੀ ਮੰਗੀ ਗਈ ਹੈ ਉਸ ਤੋਂ ਅਜਿਹੋ ਜਿਹੇ ਰਿਐਕਸ਼ਨ ਜਿਹੜੇ ਆਇਆ ਉਹ ਸੁਖਦੇਵ ਸਿੰਘ ਢੀਂਡਸਾ ਵੱਲੋਂ ਬੀਬੀ ਜੀ ਘਰੋਂ ਵੱਲੋਂ ਹੋਰਾਂ ਵੱਲੋਂ ਆ ਰਹੇ ਹੈ ਉਸ ਕੰਟੈਕਸਟ ਦੇ ਵਿੱਚ
ਇਹ ਵੀ ਹੋ ਸਕਦਾ ਜਿਹੜੀ ਇਹ ਕੰਡੀਸ਼ਨ ਜੇ ਸੀਗੀ ਜਿਹੜੀ ਪਹਿਲਾਂ ਇਹ ਹੁਣ ਅੜਿੱਕਾ ਨਾ ਬਣੇ ਤੇ ਸੀਟਾਂ ਦੀ ਗਿਣਤੀ ਮਿਤੀ ਜਿਹੜੀ ਹੈ ਉਹ ਵੀ ਪਹਿਲਾਂ ਨਾਲੋਂ ਜ਼ਰੂਰ ਬੀਜੇਪੀ ਵੱਡਾ ਹਿੱਸਾ ਮੰਗੇਗੀ, ਲੈ ਵੀ ਸਕਦੀ ਹੈ, ਹੋਏਗਾ ਵੀ, ਹੋ ਵੀ ਸਕਦਾ ਹੈ। ਪਰ ਜਿਹੜਾ ਓਵਰਆਲ ਕੰਟੈਕਸਟ ਹੈ ਮੁਲਕ ਦੇ ਸਿਆਸਤ ਦਾ 2024 ਦੀਆਂ ਚੋਣਾਂ ਦੇ ਵਾਸਤੇ ਜੋੜ ਤੋੜ ਬਣ ਰਹੇ ਨੇ, ਹਾਲਾਂਕਿ ਇੰਡੀਆ ਅਲਾਇੰਸ ਬਹੁਤ ਕੋਈ ਤਕੜਾ ਨਹੀਂ ਬਣਿਆ, ਪਰ ਫਿਰ ਵੀ ਬੀਜੇਪੀ ਔਰ ਜਿਹੜੀ ਪ੍ਰਾਈਮ ਮਿਨਿਸਟਰ ਮੋਦੀ ਉਹ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ ਤੇ ਸਾਰੀਆਂ ਜਿਹੜੀਆਂ ਆਹ ਜਾਂ ਦੋ ਮੁੱਦੇ ਨੇ ਰੀਜਨਲ ਐਸਪੀਰੇਸ਼ਨ ਵਾਲੇ ਤੇ ਦੂਜੇ ਉਹਨਾਂ ਨੂੰ ਕਾਊਂਟਰ ਕਰਨ ਲਈ ਉਹ ਇੱਕ ਅਕਾਲੀ ਦਲ ਉਹਦੇ ਵਿੱਚ ਫਿੱਟ ਬਹਿੰਦਾ ਹੈ ਸਾਰੇ ਫਰੇਮਵਰਕ ਦੇ ਵਿੱਚ। ਹੁਣ ਇਹ ਅੱਗੇ ਗੱਲਬਾਤ ਕਿੱਥੇ ਪਹੁੰਚਦੀ, ਕਿਵੇਂ ਹੁੰਦੀ ਹੈ, ਕਿਵੇਂ ਮਚਿਓਰ ਹੁੰਦੀ ਹੈ, ਕਦੋਂ ਅਨਾਊਂਸਮੈਂਟ ਹੁੰਦੀ ਹੈ, ਇਸ ਦਾ ਤਾਂ ਅਜੇ ਅਗਲੇ ਦਿਨਾਂ 'ਚ ਤਸਵੀਰ ਸਾਫ਼ ਹੋਏਗੀ। ਪਰ ਗਰਾਊਂਡ ਦੋਵਾਂ ਵਾਸਤੇ ਕੰਪਲ ਤਿਆਰ ਹੈ ਤੇ ਦੋਵਾਂ ਦੀ ਕੰਪਲਸ਼ਨ ਜਾਂ ਕਹਿ ਲਓ ਕਿ ਹੈਗੀ ਹੈ ਇਸ ਵੇਲੇ ਇਸ ਸਮਝੌਤਾ ਕਰਨ ਦੀ, ਦੋਵਾਂ ਦੀ ਕੰਪਲਸ਼ਨ ਹੈਗੀ ਆ। ਤੇ ਬਾਕੀ ਤਾਂ ਸਿਆਸਤ ਦੇ ਵਿੱਚ ਕੁਛ ਵੀ ਪੱਕਾ ਨਹੀਂ ਹੁੰਦਾ, ਕੁਛ ਵੀ ਸਦੀਵੀ ਨਹੀਂ ਹੁੰਦਾ, ਤੇ ਅੱਜ ਕੁਛ ਕੱਲ ਕੁਛ, ਤੇ ਨੇਤਾ ਦੇਖੋ ਕੱਲ ਅੱਜ ਨੇਤਾ ਐਸੇ ਕੱਲ ਐਸੇ, ਜੇ ਪਾਰਟੀਆਂ ਜਿਹੜੀਆਂ ਦੇ ਦਰਵਾਜ਼ੇ ਖੁੱਲ੍ਹੇ ਨੇ, ਕੋਈ ਕਿੱਧਰ ਚਲੇ ਜਾਂਦਾ, ਕੋਈ ਕਿੱਧਰ ਚਲੇ ਜਾਂਦਾ, ਟੁੱਟ ਭੱਜ ਵੀ ਹੋ ਜਾਂਦੀ ਹੈ, ਬਹੁਤ ਖੁਸ਼ ਹੋ ਜਾਂਦਾ। ਉਹ ਤਾਂ ਅਜੇ ਕੁਛ ਐਡਾ ਕਿਆਸਣਾ ਬਹੁਤ ਔਖਾ ਹੈ ਜਿਹੋ ਜਿਹਾ ਦੌਰ ਹੈਗਾ, ਤੇ ਕਨਵੀਨੀਅੰਸ ਦੀ ਸਿਆਸਤ ਹੁੰਦੀ ਹੈ, ਇਸ ਕਰਕੇ ਅੱਜ ਦੀ ਤਿਰਸ਼ੀਨਾਜ ਦੇ ਵਿੱਚ ਇੰਨਾ ਹੀ। ਇਸੇ ਤਰ੍ਹਾਂ ਹੀ ਅਸੀਂ ਜਾਰੀ ਰੱਖਾਂਗੇ ਇਹੋ ਜਿਹੇ ਮਸਲਿਆਂ ਤੇ ਗੱਲਬਾਤ ਕਰਨੀ ਤੇ ਇਹਨਾਂ ਨੂੰ ਐਨਾਲਾਈਜ਼ ਕਰਨਾ, ਇਹਨਾਂ ਦਾ ਵਿਸ਼ਲੇਸ਼ਣ ਕਰਨਾ, ਤੇ ਲੋਕ ਸਭਾ ਚੋਣਾਂ ਦੇ ਪੱਖ ਤੋਂ ਜੋ ਵੀ ਘਟਨਾਵਾਂ ਆਉਣਗੀਆਂ ਉਹਨਾਂ 'ਤੇ ਅਸੀਂ ਇਸੇ ਤਰ੍ਹਾਂ ਤਿਰਛੀ ਨਜ਼ਰ ਪਾਉਂਦੇ ਰਹੋ।